welcom to all of the ਸਵਾਗਤ ਤੁਹਾਡੇ ਆਪਣੇ ਚੈਨਲ ਦੇ ਵਿੱਚ ਔਰ ਗੱਲ ਕਰਾਂਗੇ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਇਸ ਤੋਂ ਪਹਿਲਾਂ ਜਿਹੜਾ ਆਪਾਂ ਇੱਕ ਤਾੜੇ ਨਾਲ ਪੋਸਟ ਸ਼ੇਅਰ ਕੀਤੀ ਸੀ ਕਿ ਪੰਜਾਬ ਦੇ ਵਿੱਚ ਪੀਪੀਐਸਸੀ ਵੱਲੋਂ ਇੱਕ ਨੋਟੀਫਿਕੇਸ਼ਨ ਦਿੱਤਾ ਗਿਆ ਸੀ ਜਿਹਦੇ ਵਿੱਚ 27 ਵੈਕੈਂਸੀ ਦੱਸੀ ਗਈ ਸੀ ਪਰ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ ਜਿਹਦੇ ਵਿੱਚ ਜਿਹੜੀ ਵੈਕੈਂਸੀ ਕਾਫੀ ਜ਼ਿਆਦਾ ਗਿਣਤੀ ਵਿੱਚ ਹੈ ਹੁਣ ਇਹਨਾਂ ਪੋਸਟਾਂ ਲਈ ਬਿਲਕੁਲ ਸਰਕਾਰ ਵੱਲੋਂ ਭਰਤੀ ਕੀਤੀ ਆ ਗਵਰਨਮੈਂਟ ਪੋਸਟ ਹੈਗੀ ਆ ਰੈਗੂਲਰ ਜੌਬ ਹੋਏਗੀ ਔਰ ਇਹਨਾਂ ਪੋਸਟਾਂ ਲਈ ਕੌਣ ਅਪਲਾਈ ਕਰ ਸਕਦਾ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ 2022 ਦੇ ਇੱਕ ਜਿਹੜਾ ਇਲੈਕਸ਼ਨ ਹੋਣ ਵਾਲੇ ਐ ਇਹਨਾਂ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੀ ਧੜਾ ਧੜ ਜਿਹੜੀਆਂ ਅਸ ਇੱਕ ਆਉਣਾ ਜਾਰੀ ਹੋ ਗਿਆ ਹੈ ਔਰ ਅਸਾਮੀਆਂ ਲਗਭਗ ਆ ਰਹੀਆਂ ਹਨ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਪੰਜਾਬ ਪੁਲਿਸ ਦੀ ਭਰਤੀ ਵੀ ਦੇਖਣ ਨੂੰ ਮਿਲ ਸਕਦੀ ਹੈ ਔਰ ਇਸ ਤੋਂ ਇਲਾਵਾ ਕੁਝ ਹੋਰ ਅਸਾਮੀਆਂ ਸਬ ਇੰਸਪੈਕਟਰ ਦੀਆਂ ਜਾਂ ਐਫਸੀ ਦੇ ਵਿੱਚ ਅਸਾਮੀਆਂ ਦੇਖਣ ਨੂੰ ਮਿਲ ਸਕਦੀਆਂ ਤਾਂ ਸਾਰੀਆਂ ਪੰਜਾਬ ਦੀਆਂ ਗਵਰਨਮੈਂਟ ਹੈ ਚਾਹੇ ਉਹ ਪੰਜਾਬ ਦੀ ਪ੍ਰਾਈਵੇਟ ਲੋਕਲ ਜੌਬ ਹੈ ਹਰ ਇੱਕ ਦੀ ਇਨਫੋ ਆਪਣੇ ਚੈਨਲ ਤੇ ਜਿਹੜੀ ਤੁਹਾਨੂੰ ਮਿਲਦੀ ਰਹਿੰਦੀ ਹੈ ਸੋ ਗੱਲ ਕਰਦੇ ਆਂ ਇਹਨਾਂ ਅਸਾਮੀਆਂ ਦੀ ਇਹਨਾਂ ਅਸਾਮੀਆਂ ਦੀ ਗੱਲ ਕਰਨ ਤੋਂ ਪਹਿਲਾਂ ਤੁਸੀਂ ਇੱਕ ਜ਼ਰੂਰ ਕੰਮ ਕਰਦੇ ਹੋ ਕਿ ਇਸ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਆਪਣੀ ਇਨਫੋ ਜਿਹੜੀ ਵਧੀਆ ਲੱ ਪਹਿਲੇ ਕਿੰਦਾ ਬਟਨ ਦਬੋ ਤਾਂ ਕਿ ਹਰ ਇੱਕ ਜੌਬ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲਦਾ ਜਾਵੇ ਦੇਖਦੇ ਹਾਂ ਕਿ ਇਸ ਪੋਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਵੈਕੈਂਸੀ ਲਗੀ 585 ਵੈਕੈਂਸੀ ਹੋਏਗੀ ਟੋਟਲ ਗਿਣਤੀ ਕਾਫੀ ਵੱਡੀ ਹੈ 585 ਵੈਕੈਂਸੀ ਹੋਏਗੀ ਔਰ ਜਿਹੜੀ ਵੈਕੈਂਸੀ ਦੀ ਜੇਕਰ ਗੱਲ ਕੀਤੀ ਹੈ ਡਿਪਾਰਟਮੈਂਟ ਕਿਹੜਾ ਹੈ ਕਿਸ ਡਿਪਾਰਟਮੈਂਟ ਦੇ ਵਿੱਚ ਵੈਕੈਂਸੀ ਹੈ ਡਿਪਾਰਟਮੈਂਟ ਆਫ ਵਾਟਰ ਰਿਸੋਰਸ ਗਵਰਨਮੈਂਟ ਆਫ ਪੰਜਾਬ ਬਿਲਕੁਲ ਗਵਰਨਮੈਂਟ ਜੌਬ ਹੈਗੀ ਆ ਔਰ ਪੀਪੀਐਸਸੀ ਇਹ ਵੈਕੈਂਸੀਆਂ ਨੂੰ ਕੰਡਕਟ ਕਰ ਰਿਹਾ ਹੈ ਇੱਕ ਵੱਡੇ ਰੈਂਕ ਦੀ ਵੈਕੈਂਸੀ ਹੈਗੀ ਆ ਸੋ ਤੁਸੀਂ ਦੇਖ ਸਕਦੇ ਹੋ ਜੇਕਰ ਵੈਕੈਂਸੀ ਦੇਖੀਵੇ ਜਨਰਲ ਦੇ ਲਈ 200 23 ਵੈਕੈਂਸੀ ਹੋਏਗੀ ਔਰ ਰਿਜ਼ਰਵੇਸ਼ਨ ਜਿਹੜੀ ਫੀਮੇਲ ਨੂੰ ਦਿੱਤੀ ਜਾਏਗੀ ਹਰੇਕ ਕੈਟਾਗਰੀ ਵਿੱਚ ਤੁਸੀਂ ਦੇਖ ਸਕਦੇ ਹੋ 63 ਵੈਕੈਂਸੀ ਦਿੱਤੀ ਗਈ ਹੈ 223 ਦੇ ਵਿੱਚੋਂ ਜਿਹੜੀ ਰਿਜ਼ਰਵੇਸ਼ਨ ਫੀਮੇਲ ਦੇ ਵਾਸਤੇ 33% ਉਹਨਾਂ ਦੀ ਰਿਜ਼ਰਵੇਸ਼ਨ ਹੈਗੀ ਆ ਬਾਕੀ ਤੁਸੀਂ ਐਜੇ ਕੈਟਾਗਰੀ ਆਪਣਾ ਇਹ ਨੋਟੀਫਿਕੇਸ਼ਨ ਨੂੰ ਜਾਂ ਵੀਡੀਓ ਨੂੰ ਪੋਜ਼ ਕਰਕੇ ਦੇਖ ਸਕਦੇ ਹੋ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਇਹਨਾਂ ਦਾ ਨੋਟੀਫਿਕੇਸ਼ਨ ਦੇਖਦੇ ਹੋ ਟੋਟਲ ਵੈਕੈਂਸੀ ਤੁਸੀਂ ਦੇਖਦੇ ਹੋ 585 ਰਹੇਗੀ ਟੋਟਲ ਵੈਕੈਂਸੀ 585 ਰਹੇਗੀ ਹੁਣ ਗੱਲ ਕਰ ਲਈਏ ਇਹਨਾਂ ਵੈਕੈਂਸੀਆਂ ਦੇ ਵਿੱਚ ਸਪੈਸ਼ਲ ਲਿਖਿਆ 33% ਰਿਜ਼ਰਵੇਸ਼ਨ ਸਪੇਸਕਲ ਕੀ ਹੈਗਾ 35400 ਇਸ ਤੇ ਪੇਸਕਲ ਹੈਗਾ ਔਰ ਇਹਨਾਂ ਸਾਮਿਲੀ ਕੁਆਲਿਫਿਕੇਸ਼ਨ ਕੀ ਰੱਖੀ ਹੈ ਇਹਨਾਂ ਵਾਸਤੇ ਕੁਆਲਿਫਿਕੇਸ਼ਨ ਹੈਗੀ ਹੈ 3 ਇਅਰ ਡਿਪਲੋਮਾ ਆਫ ਜੂਨੀਅਰ ਇੰਜੀਨੀਅਰ ਇਨ ਸਿਵਲ ਇੰਜੀਨੀਅਰਿੰਗ from a state technical education board ਕਿਸੇ ਮਾਨਤਾ ਪ੍ਰਾਪਤ ਟੈਕਨੀਕਲ ਯੂਨੀਵਰਸਿਟੀ ਜਾਂ ਬੋਰਡ ਤੋਂ ਤੁਹਾਡਾ 3 ਇਅਰ ਦਾ ਡਿਪਲੋਮਾ ਸਿਵਲ ਇੰਜੀਨੀਅਰ ਦੇ ਵਿੱਚ ਜੂਨੀਅਰ ਦੇ ਪੋਸਟ ਦੇ ਲਈ ਹੋਣਾ ਚਾਹੀਦਾ ਹੈ ਔਰ ਇਸ ਦੇ ਨਾਲ ਹੀ ਇਹਨਾਂ ਨੇ ਲਿਖਿਆ ਕਿ ਦਾ ਕੈਂਡੀਡੇਟ ਪੁਸੈਸਿੰਗ ਹਾਇਰ ਕੁਆਲੀਫਿਕੇਸ਼ਨ ਇਨ টারਮਸ ਆਫ ਡਿਗਰੀ ਮਾਸਟਰ ਇਨ ਦਾ ਇੰਜੀਨੀਅਰਿੰਗ ਇਸ ਆਲਸੋ ਲੀਜ਼ੀਬਲ ਠੀਕ ਹੈ ਸੋ ਇਹ ਵੀ ਲੀਜ਼ੀਬਲ ਹੈ ਔਰ ਮੈਟ੍ਰਿਕ ਪੱਧਰ ਤੇ ਪੰਜਾਬੀ ਪਾਸ ਹੋਣੀ ਲਾਜ਼ਮੀ ਹੈ ਔਰ ਤੁਹਾਡਾ ਜਿਹੜਾ ਕੋਈ ਵੀ ਸਰਟੀਫਿਕੇਟ ਤੁਸੀਂ ਲਾ ਰਹੇ ਹੋ ਉਹ 27 3 2021 ਤੋਂ ਪਹਿਲਾਂ ਦਾ ਜਿਹੜਾ ਕੰਪਲੀਟ ਹੋਣਾ ਚਾਹੀਦਾ ਹੈ ਤੁਹਾਡਾ ਕੁਆਲੀਫਾਈ ਹੋਣਾ ਚਾਹੀਦਾ ਏਜ ਰਹੇਗੀ 18 ਤੋਂ 37 ਈਅਰ ਮੈਕਸਿਮਮ 37 ਈਅਰ ਇਹ ਵਾਲੀ ਵੈਬਸਾਈਟ ਰਹੇਗੀ ppsc.gov.in ਤੇ ਤੁਸੀਂ ਜਾ ਕੇ ਅਪਲਾਈ ਕਰ ਸਕਦੇ ਹੋ ਫੁੱਲ ਇਨ ਫੁੱਲ ਲੈ ਸਕਦੇ ਹੋ ਔਰ ਡਿਟੇਲਡ ਨੋਟੀਫਿਕੇਸ਼ਨ ਤੁਹਾਡੇ ਨਾਲ ਜਲਦੀ ਸ਼ੇਅਰ ਕਰਾਂਗੇ ਸੋ ਇਸ ਦੇ ਵਿੱਚ ਪੋਸਟਾਂ ਦੇ ਵਿੱਚ ਐਗਜ਼ਾਮ ਵੀ ਹੋਏਗਾ ਇਹਨਾਂ ਨੇ ਜਿਹੜਾ ਦੱਸਿਆ ਗਿਆ ਕਿ ਐਗਜ਼ਾਮ ਜਿਹੜਾ ਤੁਹਾਡਾ ਹੋਏਗਾ ਹੀ ਹੋਏਗਾ ਔਰ ਉਸ ਤੋਂ ਬਾਅਦ ਗੱਲ ਕੀਤੀ ਹੈ ਬੇ ਆਨਲਾਈਨ ਐਪਲੀਕੇਸ਼ਨ ਫਾਰਮ ਆਫ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਵੈਬਸਾਈਟ ਤੇ ਹੀ ਭਰ ਸਕਦੇ ਹੋ ਆਨਲਾਈਨ ਹੀ ਅਪਲਾਈ ਹੋਊਗਾ ਸਾਰਾ ਕੁਝ ਔਰ ਲਾਸਟ ਡੇਟ ਜੇਕਰ ਦੇਖੀ ਜਾਵੇ ਲਾਸਟ ਡੇਟ ਹੈ ਗਿਆ ਆਨਲਾਈਨ ਅਪਲਾਈ 27 3 2021 ਔਰ ਡਿਪੋਜ਼ਿਟਿੰਗ ਆਨਲਾਈਨ ਫੀਸ 5 4 2021 ਸੋ ਇਹ ਅਸਾਮੀਆਂ ਪੰਜਾਬ ਦੇ ਚ ਆ ਚੁੱਕੀਆਂ ਔਰ ਜਿਹੜੇ ਵੀ ਲੀਜੀਬਲ ਇਹਨਾਂ ਪੋਸਟਾਂ ਨੂੰ ਜਰੂਰ ਅਪਲਾਈ ਕਰੋ ਪੰਜਾਬ ਵਿੱਚ ਆਉਣ ਵਾਲੀਆਂ ਭਰਤੀਆਂ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਾਓ ਔਰ ਜੇਕਰ ਤੁਸੀਂ ਪੰਜਾਬ ਪਟਵਾਰੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਪੰਜਾਬ ਪਟਵਾਰੀ ਐਗਜ਼ਾਮ ਦੀ ਤਿਆਰੀ ਬਿਲਕੁਲ ਆਪਣੇ ਚੈਨਲ ਤੇ ਫ੍ਰੀ ਕਲਾਸਾਂ ਜਿਹੜੀਆਂ ਚੱਲ ਰਹੀਆਂ ਹੈਗੀਆਂ ਬਹੁਤ ਸਾਰੀਆਂ ਹਰ ਰੋਜ਼ ਕਲਾਸਾਂ ਹੁੰਦੀਆਂ ਜੀਕੇ ਹੈਗੀ ਹੈ ਕੰਪਿਊਟਰ ਹੈਗੀ ਹੈ ਖੇਤੀਬਾੜੀ ਹੈਗਾ ਤਾਂ ਇਸ ਦੇ ਨਾਲ ਹੀ ਆਪਣਾ ਇੱਕ ਪੇਡ ਕੋਰਸ ਚੱਲ ਰਿਹਾ ਹੈ पेड कोर्स ਦੇ ਵਿੱਚ ਤੁਹਾਨੂੰ ਘਰ ਬੈਠੇ ਸਾਰੀਆਂ ਕਲਾਸਾਂ ਪ੍ਰੋਵਾਈਡ ਕਰਾਈਆਂ ਜਾ ਰਹੀਆਂ ਜਿਸ ਦੇ ਵਿੱਚ ਮੈਥ ਹੈ ਰੀਜਨਿੰਗ ਹੈ ਇੱਕ ਇੱਕ ਟਾਪਿਕ ਤੁਹਾਨੂੰ ਥਿਉਰੀ ਵਾਸ ਕਰਾਇਆ ਜਾ ਰਿਹਾ ਉਹ ਟਾਪਿਕ ਤੁਸੀਂ पेड कोर्स ਵੀ ਲੈ ਸਕਦੇ ਹੋ ਆਪਣੇ ਚੈਨਲ ਨਾਲ ਜੁੜ ਕੇ ਸਿਰਫ ਉਹਦੀ पेड कोर्स ਦੀ ਫੀਸ ਰਹੀਗੀ 1500 1500 ਦੇ ਵਿੱਚ ਸੱਤ ਸਬਜੈਕਟਾਂ ਦੀ ਤਿਆਰੀ ਚਾਹੇ ਕੰਪਿਊਟਰ ਹੈ ਚਾਹੇ ਤੁਹਾਡੇ ਐਗਰੀਕਲਚਰ ਹੈ ਚਾਹੇ ਤੁਹਾਡਾ ਮੈਥ ਹੈ ਚਾਹੇ ਰੀਜਨਿੰਗ ਹੈ ਚਾਹੇ ਪੰਜਾਬੀ ਗ੍ਰਾਮਰ ਹੈ ਚਾਹੇ ਇੰਗਲਿਸ਼ ਗ੍ਰਾਮਰ ਹੈ ਔਰ ਇਸ ਸੁਲਬਾ ਕੁਝ ਹੋਰ ਚੀਜ਼ਾਂ ਜਿਹੜੀਆਂ ਸਬਜੈਕਟ ਦੇ ਵਿੱਚ ਆਉਂਦੇ ਨੇ ਜੀਕੇ ਹੈਗੀ ਹੈ ਜੀਕੇ ਦੇ ਵਿੱਚ ਹਿਸਟਰੀ ਹੈ ਪੋਲੀਟੀਕਲ ਹੈ ਜੀਓਗ੍ਰਾਫੀ ਹੈ ਸਾਰਾ ਕੁਝ ਜਿਹੜਾ ਤੁਹਾਨੂੰ ਸਿਰਫ 1500 ਦੇ ਵਿੱਚ ਪ੍ਰੋਵਾਈਡ ਕਰਾ ਰਿਹਾ ਐ ਐਮਸੀਕਿਊ ਪੀਡੀਐਫ ਨੋਟਸ ਤੁਹਾਨੂੰ ਫ੍ਰੀ ਦਿੱਤੇ ਜਾਣਗੇ ਜੇਕਰ ਤੁਸੀਂ ਪੇਡ ਕੋਰਸ ਜੁਆਇਨ ਕਰਦੇ ਹੋ ਪੇਡ ਕੋਰਸ ਜੁਆਇਨ ਕਰਨ ਦਾ ਜਿਹੜਾ ਆਪਣਾ ਨੰਬਰ ਹੈਗਾ 987 8731 5752 ਇਸ ਨੰਬਰ ਤੇ ਜਿਹੜਾ ਓਨਲੀ ਤੁਸੀਂ WhatsApp SMS ਕਰਕੇ ਜਿਹੜਾ ਇਨਫੋ ਲੈ ਸਕਦੇ ਹੋ ਔਰ ਪੰਜਾਬ ਦੀਆਂ ਆਉਣ ਵਾਲੀਆਂ ਅਸਾਮੀਆਂ ਦੇ ਲਈ ਚਾਹੇ ਉਹ PPSPCL ਕਲਰਕ ਦੀ ਅਸਾਮੀ ਆਉਣ ਵਾਲੀ ਹੈ ਤਾਂ ਉਹਦੇ ਵਿੱਚ ਵੀ ਜਿਹੜਾ ਐਗਜ਼ਾਮ ਹੋਏਗਾ ਤਾਂ ਉਹਨਾਂ ਐਗਜ਼ਾਮ ਦੇ ਲਈ ਵੀ ਇਹ ਪੇਡ ਕੋਰਸ ਤੁਹਾਡੇ ਲਈ ਲਗਭਗ 70% ਜਿਹੜਾ ਲਾਹੇਵੰਦ ਹੋਵੇਗਾ ਕਿਉਂਕਿ ਸਲੇਵਸ ਸਾਰੇ ਹੀ ਕੋਰਸ ਐਗਜ਼ਾਮ ਦਾ ਜਿਹੜਾ ਕੰਪੀਟੀਟਿਵ ਐਗਜ਼ਾਮ ਹੁੰਦੇ ਆ ਤਾਂ ਮੈਚ ਕਰਦਾ ਹੁੰਦਾ ਹੈ ਲਗਭਗ 70% ਠੀਕ ਹੈ ਜੀ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਮਿਲਦੇ ਆ ਇੱਕ ਨੈਕਸਟ ਵੀਡੀਓ ਦੇ ਵਿੱਚ